ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਤੇ YouTube ਫਾਰਮਰ ਚੈਨਲ ਤੇ ਸਵਾਗਤ ਹੈ ਤੁਹਾਡਾ ਸਭ ਦਾ। ਸੋ ਗੱਲ ਕਰਾਂਗੇ ਅੱਜ ਦੀ ਇਸ ਵੀਡੀਓ ਵਿੱਚ ਮੌਸਮ ਪੰਜਾਬ ਦੀ ਕਿ ਪੰਜਾਬ ਦਾ ਮੌਸਮ ਕਿਵੇਂ ਦਾ ਰਹਿਣ ਵਾਲਾ ਹੈ 1 ਤੋਂ ਲੈ ਕੇ 15 ਅਕਤੂਬਰ ਤੱਕ। ਇਹਨਾਂ ਦਿਨਾਂ ਵਿੱਚ ਕਦੋਂ ਮੀਂਹ ਦੇ ਅਸਰ ਹੋਣਗੇ ਜਾਂ ਕਦੋਂ ਮੌਸਮ ਸਾਫ਼ ਰਹੇਗਾ ਕਿਉਂਕਿ ਕਿਸਾਨਾਂ ਦੇ ਲਈ ਮੌਸਮ ਦੀ ਜਾਣਕਾਰੀ ਇਹਨਾਂ ਦੇ ਵਿੱਚ ਖਾਸ ਜ਼ਰੂਰੀ ਹੋ ਜਾਂਦੀ ਹੈ। ਕਿਉਂਕਿ ਝੋਨੇ ਦੀਆਂ ਗਹਿਤੀਆਂ ਕਿਸਮਾਂ ਪੱਕ ਚੁੱਕੀਆਂ ਨੇ ਤੇ ਜਿਨ੍ਹਾਂ ਦੀ ਬੜਾਈ ਜਾ ਰਹੀ ਹੈ ਜਾਂ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੀ ਹੈ। ਕੁਝ ਪਛੇਤੀਆਂ ਕਿਸਮਾਂ ਦੇ ਜਿੰਨਾਂ ਦੀ ਬੜਾਈ ਅਕਤੂਬਰ ਮਹੀਨੇ ਵਿੱਚ ਸ਼ੁਰੂ ਹੋਵੇਗੀ ਜਿਵੇਂ ਪੂਸ਼ਾ ਵੈਰੈਟੀਆਂ ਹੋਗੀਆਂ ਜਾਂ ਹੋਰ ਲੇਟ ਬੀਜੀਆਂ ਹੋਈਆਂ ਕਿ ਲਵਾਈਆਂ ਹੋਈਆਂ ਕਿਸਮਾਂ ਝੋਨੇ ਦੀਆਂ ਸੋ ਇਹਨਾਂ ਸਾਰੀਆਂ ਕਿਸਮਾਂ ਦੀ ਬੜਾਈ ਮੌਸਮ ਉੱਤੇ ਬਹੁਤ ਜ਼ਿਆਦਾ ਨਿਰਭਰ ਹੈ ਕਿਸਾਨਾਂ ਦੇ ਲਈ ਇਸੇ ਕਰਕੇ ਮੌਸਮ ਦੀ ਅਪਡੇਟ 1 ਤੋਂ 15 ਅਕਤੂਬਰ ਦੀ ਲੈ ਕੇ ਹਾਜ਼ਰ ਹਾਂ ਸੋ ਪਹਿਲਾਂ ਗੱਲ ਕਰਦੇ ਹਾਂ 1 ਤੋਂ 5 ਅਕਤੂਬਰ ਪਛਮੀ ਸਿਸਟਮ ਹੈ ਜਿਹੜਾ ਪੰਜਾਬ ਨੂੰ ਕੁਝ ਹੱਦ ਤੱਕ ਪ੍ਰਭਾਵਿਤ ਕਰੇਗਾ ਜਿਹੜਾ ਕਿ ਅਕਤੂਬਰ ਦੇ ਪਹਿਲੇ ਦਿਨਾਂ ਵਿੱਚ ਪਹਾੜੀ ਇਲਾਕਿਆਂ ਵਿੱਚ ਪਹੁੰਚ ਰਿਹਾ ਹੈ ਉਸ ਦਾ ਕਾਰਨ ਹੋਵੇਗਾ ਸਤੰਬਰ ਮਹੀਨੇ ਦੇ ਆਖਰੀ ਦਿਨਾਂ ਵਿੱਚ ਜੋ ਇੱਕ ਚੱਕਰਵਾਤੀ ਤੂਫਾਨ ਬੰਗਾਲ ਦੀ ਖਾੜੀ ਤੋਂ ਉੱਭਰਿਆ ਹੈ ਜਿਹਦੇ ਕਰਕੇ ਪੂਰਬੀ ਹਵਾਵਾਂ ਚੱਲਣ ਕਰਕੇ ਲਗਾਤਾਰ ਨਮੀ ਦੀ ਮਾਤਰਾ ਉੱਤਰ ਪੱਛਮੀ ਭਾਰਤ ਦੇ ਇਲਾਕਿਆਂ ਵਿੱਚ ਬਣੀ ਹੈ ਸੋ ਇਸ ਦੇ ਚੱਲਦੇ ਇੱਕ ਪਹਾੜੀ ਇਲਾਕਿਆਂ ਵਿੱਚ ਸਿਸਟਮ ਵੀ ਪਹੁੰਚ ਰਿਹਾ ਜਿਹਦੇ ਪ੍ਰਭਾਵ ਕਾਰਨ ਪੰਜਾਬ ਦਾ ਮੌਸਮ ਆਪ ਨੂੰ ਲਗਭਗ 2 ਅਕਤੂਬਰ ਤੋਂ ਪ੍ਰਭਾਵਿਤ ਹੁੰਦਾ ਹੋਇਆ ਨਜ਼ਰ ਆਵੇਗਾ ਹਾਲਾਂਕਿ 1 ਅਕਤੂਬਰ ਤੋਂ ਹੀ ਟੁੱਟਵੀ ਬੱਦਲਵਾਈ ਬਣਨੀ ਸ਼ੁਰੂ ਹੋ ਜਾਵੇਗੀ 1 ਅਤੇ 2 ਅਕਤੂਬਰ ਨੂੰ ਕੁਝ ਖਸਾਨਾਂ ਵਿੱਚ ਹਲਕੀ ਫੁਲਕੀ ਮੀਂਹ ਦੀਆਂ ਵਿਚਾਰਾਂ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਉਸ ਤੋਂ ਬਾਅਦ 3 ਅਕਤੂਬਰ ਤੋਂ ਲੈ ਕੇ 4 ਅਤੇ 5 ਅਕਤੂਬਰ ਤੱਕ ਪੰਜਾਬ ਦੇ ਵਿੱਚ ਥੋੜੀ ਜਿਹੀ ਸੰਘਣੀ ਬੱਦਲਵਾਈ ਬਣਨ ਦੇ ਸਾਰ ਨੇ ਜ਼ਿਆਦਾ ਸਾਰ ਹੋਣਗੇ 3 ਅਤੇ 4 ਅਕਤੂਬਰ ਨੂੰ ਸੋ ਇਸ ਦਰਮਿਆਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਦਰਮਿਆਨੇ ਰੂਪ ਤੱਕ ਦਾ ਮੀਂਹ ਪੈਣ ਦੇ ਵੀ ਸਾਰ ਬਣਦੇ ਨਜ਼ਰ ਆ ਰਹੇ ਨੇ ਤੋ ਇਹਨਾਂ ਦਿਨਾਂ ਦੇ ਵਿੱਚ ਜੇਕਰ ਇਲਾਕਿਆਂ ਦੀ ਗੱਲ ਕਰੀਏ ਤਾਂ ਮਾਝਾ ਖੇਤਰ ਅਮਰਸਰ ਗੁਰਦਾਸਪੁਰ ਹੋ ਗਿਆ ਪਠਾਨਕੋਟ ਤਰਨਤਾਰਨ ਸਾਹਿਬ ਦੇ ਇਲਾਕੇ ਨਾਲ ਲੱਗਦੇ ਦੁਆਬੇ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਦੇ ਇਲਾਕੇ ਹੋ ਜਾਣਗੇ ਨਮਾ ਸ਼ਹਿਰ ਹੋ ਗਿਆ ਤੇ ਇਸ ਤੋਂ ਇਲਾਵਾ ਲੁਧਿਆਣਾ ਹੋ ਗਿਆ ਮੋਗਾ ਜ਼ਿਲ੍ਹਾ ਬਰਨਾਲਾ ਚੰਡੀਗੜ੍ਹ ਮੁਹਾਲੀ ਸਾਈਡ ਦੇ ਇਲਾਕੇ ਐਸ ਵੀ ਐਸ ਨਗਰ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਪਟਿਆਲਾ ਤੱਕ ਮਲੇਰਕੋਟਲਾ ਦੇ ਇਲਾਕੇ ਹੋਣਗੇ ਸੋ ਇਹ ਇਲਾਕੇ 3 ਅਤੇ 4 ਅਕਤੂਬਰ ਤੱਕ ਜ਼ਿਆਦਾਤਰ ਪ੍ਰਭਾਵਿਤ ਹੋਣ ਦੇ आसार ਹੋਣਗੇ ਇਹਨਾਂ ਇਲਾਕਿਆਂ ਵਿੱਚ ਹੋ ਸਕਦਾ ਹੈ ਕਿ ਮੀਂਹ ਦਰਮਿਆਨੇ ਤੋਂ ਲੈ ਕੇ ਇੱਕ ਦੋ ਇਲਾਕਿਆਂ ਵਿੱਚ ਤੇ ਇਸ ਤੋਂ ਬਿਨਾ ਬਾਕੀ ਜਿਹੜੇ ਦੱਖਣ ਪੱਛਮੀ ਇਲਾਕੇ ਹੋਣਗੇ ਜਿਵੇਂ ਕੁਝ ਮਾਨਸਾ ਬਠਿੰਡੇ ਦੇ ਇਲਾਕੇ ਹੋਗੇ ਜਾਂ ਫਿਰ ਫਾਜ਼ਿਲਕਾ ਫਰੀਦਕੋਟ ਹੋ ਗਿਆ ਮੁਕਸਰ ਸਾਹਿਬ ਦੇ ਇਲਾਕੇ ਫਿਰੋਜ਼ਪੁਰ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਮੌਸਮ ਦੀ ਹਲਚਲ ਘਟ ਹੋਵੇਗੀ ਮਾਨਸਾ ਬਠਿੰਡਾ ਦੇ ਕੁਝ ਖੇਤਰਾਂ ਵਿੱਚ ਮੀਂਹ ਪੈਣ ਦੇ ਸਾਰ ਬਣ ਸਕਦੇ ਨੇ ਤੇ ਇਹ ਸਿਸਟਮ ਲਗਭਗ 5 ਅਕਤੂਬਰ ਤੋਂ ਬਾਅਦ ਖਤਮ ਹੋ ਜਾਵੇਗਾ ਤੇ ਉਸ ਤੋਂ ਬਾਅਦ 6 ਤੋਂ ਲੈ ਕੇ 10 ਅਕਤੂਬਰ ਤੱਕ ਪੰਜਾਬ ਦਾ ਮੌਸਮ ਇੱਕ ਵਾਰ ਫਿਰ ਸਾਫ਼ ਅਤੇ ਖੁਸ਼ਕ ਰਹੇਗਾ ਇਨ੍ਹਾਂ ਦਿਨਾਂ ਦੇ ਵਿੱਚ ਕੋਈ ਵੀ ਸਿਸਟਮੜਾ ਤਗੜੇ ਰੂਪ ਵਿੱਚ ਪ੍ਰਭਾਵਿਤ ਪੰਜਾਬ ਨੂੰ ਨਹੀਂ ਕਰੇਗਾ ਜਿਸ ਕਰਕੇ ਪੰਜਾਬ ਦਾ ਮੌਸਮ ਜ਼ਿਆਦਾਤਰ ਸਾਫ਼ ਰਹੇਗਾ ਹਲਕੀ ਟੁੱਟਮੀ ਬੱਦਲਵਾਈ ਜ਼ਰੂਰ ਕੁਝ ਹਿੱਸਿਆਂ ਵਿੱਚ ਰਹਿ ਸਕਦੀ ਹੈ ਅਤੇ 11 ਤੋਂ ਲੈ ਕੇ 15 ਅਕਤੂਬਰ ਮੌਸਮ ਫਿਰ ਜ਼ਿਆਦਾਤਰ ਸਾਫ਼ ਰਹਿਣ ਦੀ ਅਸਾਰ ਨੇ ਇਨ੍ਹਾਂ ਦਿਨਾਂ ਵਿੱਚ ਹਲਕੀ ਟੁੱਟਮੀ ਬੱਦਲਵਾਈ ਬਣ ਸਕਦੀ ਹੈ ਕੁਝ ਖੇਤਰਾਂ ਵਿੱਚ ਹੋ ਸਕਦਾ ਹੈ ਕਿ ਥੋੜੀ-ਬਹੁਤ ਬੂੰਦਾਬੰਦੀ ਹੋ ਸਕਦੀ ਹੈ ਜਿਸ ਦੇ 10 ਤੋਂ ਲੈ ਕੇ 20% ਅਸਾਰ ਨੇ ਪਰ ਬਾਕੀ ਜ਼ਿਆਦਾਤਰ ਮੌਸਮ ਪੰਜਾਬ ਦਾ ਸਾਫ਼ ਅਤੇ ਖੁਸ਼ਕ ਹੀ ਰਹੇਗਾ ਕੁਝ ਖੇਤਰਾਂ ਦੇ ਵਿੱਚ ਚੰਗੀਆਂ ਪੱਛਮੀ ਹਵਾਵਾਂ ਵੀ ਆਪਾਂ ਨੂੰ 7-8 ਅਕਤੂਬਰ ਤੋਂ ਬਾਅਦ ਵਗਣ ਦੇ ਅਸਰ ਬਣ ਰਹੇ ਨੇ ਸੋ ਇਹ ਕੁੱਲ ਮਿਲਾ ਕੇ ਕਿਸੇ ਤਾ ਅਕਤੂਬਰ ਦੇ ਪਹਿਲੇ 3-4 ਦਿਨਾਂ ਤੱਕ ਯਾਨੀ ਕਿ 2 ਤੋਂ ਲੈ ਕੇ 5 ਅਕਤੂਬਰ ਤੱਕ ਮੀਂਹ ਦੇ ਅਸਰ ਪੰਜਾਬ ਵਿੱਚ ਬਣ ਰਹੇ ਨੇ ਤੇ ਉਸ ਤੋਂ ਬਾਅਦ ਪੰਜਾਬ ਦਾ ਮੌਸਮ ਥੋੜਾ ਜਿਹਾ ਚੰਗੀ ਤਰ੍ਹਾਂ ਖੁਸ਼ਕ ਹੋਣ ਦੇ ਅਸਰ ਬਣ ਰਹੇ ਨੇ ਬਾਕੀ ਅਗਲੇ ਦਿਨਾਂ ਵਿੱਚ ਜੋ ਵੀ ਮੌਸਮ ਦੀ ਅਪਡੇਟ ਆਵੇਗੀ ਇਹ ਜੋ ਮੀਂਹ ਦੇ ਹਸਾਰ ਵਧਣਗੇ ਜਾਂ ਘਟਣਗੇ ਉਹਦੀ ਜਾਣਕਾਰੀ ਆਪਾਂ ਸਮੇਂ ਦੇ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਸੋ ਲਗਾਤਾਰ ਖੇਤੀਬਾੜੀ ਮੌਸਮ ਅਤੇ ਕਿਸਾਨੀ ਮੰਡੀਆਂ ਦੇ ਪਹਾਂਤੇ ਜਾਣਕਾਰੀ ਲਈ ਚੈਨਲ YouTube ਫਾਰਮਰ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ